देश दुनिया की हर वड्डी खबर के लिए हमें डाउनलोड करो नंबर 1 न्यूज़ ऐप दैनिक सवेरा टाइम्स। सूबे विच लॉ एंड ऑर्डर नूं लैके लगातार विरोधी सवाल चक रहे ने कि सूबे दे विच जिहड़े लॉ एंड ऑर्डर की जिहड़ी व्यवस्था काफ़ी ज़्यादा बिगड़ चुकी, लेकिन सरकार लगातार कह रही है कि कोई ऐसा दी चीज़ नहीं है, पूरी तरीके नाल जिहड़ी लॉ एंड ऑर्डर बिल्कुल ठीक है। एक ऐसा दी मामला हैगा 27 जनवरी 2021 ਨੂੰ ਇਹ ਕਪੂਰਥਲਾ ਦਾ ਮਾਮਲਾ ਹੈ, ਜਦੋਂ ਕੁਛ ਦੋ ਯੁਵਕ ਆਪਣੇ ਪਰਿਵਾਰ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਆਈਸਕ੍ਰੀਮ ਖਾਣ ਮਾਰਕੀਟ 'ਚ ਜਾਂਦੇ, ਲੇਕਿਨ ਉਸੇ ਦੌਰਾਨ 15 ਤੋਂ 20 ਜਿਹੜੇ ਲੋਕ ਆਉਂਦੇ ਅਤੇ ਉਹਨਾਂ ਦੇ ਉੱਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੰਦੇ ਨੇ, ਅਤੇ ਜਿਸ ਦੇ ਵਿੱਚ ਇੱਕ ਯੁਵਕ ਉਹਦਾ ਹੱਥ ਕੱਟਿਆ ਜਾਂਦਾ ਹੈ, ਤਾਂ ਪੂਰੀ ਤਰੀਕੇ ਨਾਲ ਜਿਹੜਾ 2 ਮਹੀਨੇ ਬੀਤਣ ਤੋਂ ਬਾਅਦ ਵੀ ਉਹਦਾ ਹੱਥ ਜਿਹੜਾ ਉਹ ਠੀਕ ਨਹੀਂ ਹੈ, ਅਤੇ ਹਲੇ ਵੀ ਡਾਕਟਰਾਂ ਵੱਲੋਂ ਕਿਹਾ ਗਿਆ ਹੈ ਕਿ ਹਲੇ ਵੀ ਇਸ ਨੂੰ ਠੀਕ ਹੁੰਦੇ 1 ਸਾਲ ਤੋਂ ਜ਼ਿਆਦਾ ਲੱਗ ਜਾਏਗਾ। ਇਹ ਯੁਵਕਾਂ ਵੱਲੋਂ ਜਿਹੜੀ ਇਹ ਆਰੋਪੀਆਂ ਦੇ ਖਿਲਾਫ ਸ਼ਿਕਾਇਤ ਵੀ ਦਰਜ ਕਰਾਈ ਗਈ ਸੀ, ਲੇਕਿਨ ਹਾਲੇ ਤੱਕ ਕੋਈ ਮਾਮਲਾ ਦਰਜ ਨਹੀਂ ਹੋਇਆ। ਗੱਲ ਕਰਦੇ ਹਾਂ, ਕੀ ਨਾਮ ਹੈ ਤੁਹਾਡਾ? ਅਮਨਦੀਪ ਸਿੰਘ। ਅਮਨਦੀਪ, ਕੀ ਹੋਇਆ ਸੀਗਾ ਪੂਰਾ ਮਾਮਲਾ, ਕਦੋਂ ਦਾ ਮਾਮਲਾ ਹੈ ਅਤੇ ਕਿਹਦੇ ਵੱਲੋਂ ਇਹ ਹਮਲਾ ਕੀਤਾ ਗਿਆ ਸੀ? ਸਰ, ਮੈਂ ਰਮਨ ਕੁਮਾਰ ਠੇਕੇਦਾਰ ਕੋਲ ਜੋਬ ਕਰਦਾ ਸੀਗਾ ਜੀ, ਅਤੇ ਉਹਨਾਂ ਦੇ ਮੈਂ ਸਰ 6 ਮਹੀਨੇ ਉਹਨਾਂ ਕੋਲ ਕੰਮ ਕੀਤਾ ਜੀ, ਅਤੇ ਉਹਨਾਂ ਦੀ ਬੋਲ ਪਾਣੀ ਠੀਕ ਨਾ ਹੋਣ ਕਰਕੇ ਅਤੇ ਮੈਂ ਕਿਹਾ ਮੈਂ ਤੁਹਾਡੇ ਕੋਲ ਕੰਮ ਨਹੀਂ ਕਰਨਾ ਜੀ, ਅਤੇ ਸਰ ਮੇਰੀ 2 ਮਹੀਨੇ ਦੀ ਸੈਲਰੀ ਸੀਗੀ ਉਹਨਾਂ ਕੋਲ ਜਿਹੜੀ ਲੈਣ ਵਾਲੀ ਸੀਗੀ, ਅਤੇ ਮੈਂ ਉਹਨਾਂ ਕੋਲ ਸੈਲਰੀ ਮੰਗੀ ਅਤੇ ਉਹ ਕਹਿੰਦੇ ਨਹੀਂ ਸੈਲਰੀ ਇੱਦਾਂ ਨਹੀਂ ਦੇਣੀ ਹੈਗੀ ਕਿ ਤੂੰ ਇੱਦਾਂ ਆਪਣੇ ਆਪ ਹਟਿਆ ਵਾ ਕਿ ਤੈਨੂੰ 1 ਮਹੀਨੇ ਦੀ ਸੈਲਰੀ ਦੇਣੀ ਆ। ਮੈਂ ਕਿਹਾ ਭਾਅ ਜੀ ਮੈਂ ਕੰਮ ਕੀਤਾ 2 ਮਹੀਨੇ ਅਤੇ ਮੈਨੂੰ 2 ਮਹੀਨੇ ਦੀ ਦਿਓ ਹੈ ਨਾ, ਅਤੇ ਕਹਿੰਦੇ ਨਹੀਂ ਇੱਦਾਂ ਹੀ। ਉੱਥੇ ਫਿਰ ਦਫ਼ਤਰ ਥੋੜ੍ਹੀ ਬਹੁਤੀ ਇੱਦਾਂ ਹੋ ਗਈ, ਸਾਡੀ ਬਹਿਸ ਥੋੜ੍ਹੀ ਹੋ ਗਈ, ਅਤੇ ਅਸੀਂ ਮੈਂ ਉੱਥੋਂ ਆ ਗਿਆ ਜੀ। ਉਸ ਤੋਂ ਬਾਅਦ ਅਸੀਂ ਜਲੋਖਾਨੇ ਚੌਂਕ ਕਪੂਰਥਲਾ ਖੜ੍ਹੇ ਪਏ ਸੀਗੇ ਜੀ 27 ਜਨਵਰੀ, ਅਤੇ ਸਰ ਉੱਥੇ ਆਏ ਆ 10-12 ਜਣੇ ਆਏ ਆ ਜੀ ਸਰ, ਅਣਪਛਾਤੇ ਵਿੱਚ ਅਣਪਛਾਤੇ ਵੀ ਸੀਗੇ, ਅਤੇ ਇਹਨੇ ਰਮਨ ਕੁਮਾਰ ਨੇ ਬੰਦੇ ਭੇਜ ਕੇ ਮੇਰੇ 'ਤੇ ਹਮਲਾ ਕਰਵਾਇਆ। ਹਾਂਜੀ ਹਾਂਜੀ ਹਾਂਜੀ। ਇਹ ਤਾਂ 7 ਸਾਲ ਤੋਂ ਜ਼ਿਆਦਾ ਹੀ ਕਹਿੰਦੇ ਲੱਗ ਜੂਗਾ। ਹਾਂਜੀ ਹਾਂਜੀ। ਹਾਂਜੀ, ਉਸ ਤੋਂ ਬਾਅਦ ਓਪਰੇਸ਼ਨ ਹੋਇਆ ਜੀ। ਨਹੀਂ ਸਰ, ਕੋਈ ਕਾਰਵਾਈ ਨਹੀਂ ਜੀ ਹੋਈ, ਕੋਈ ਅਰੈਸਟ ਨਹੀਂ ਹੋਇਆ ਜੀ ਸਰ। ਇੱਦਾਂ ਘੁੰਮਦੇ ਪਏ ਸਾਰੇ, ਅਤੇ ਥੋੜ੍ਹੇ ਦਿਨ ਹੀ ਪਹਿਲਾਂ ਇਹਨਾਂ ਨੇ ਨਾ ਬੈਸਟ ਵੈਸਟਰਨ ਉੱਥੇ ਹੋਟਲ ਆ ਕਪੂਰਥਲਾ, ਉੱਥੇ ਵੀ ਇਹਨਾਂ ਨੇ ਸਰ ਇਹਨਾਂ ਨੇ ਉੱਥੇ ਵੀ ਗੋਲੀਆਂ ਚਲਾਈਆਂ ਜੀ, ਉਹ ਵੀ ਇਹਨਾਂ ਦਾ ਮੁਕੱਦਮਾ ਦਰਜ ਆ ਜੀ ਸਰ। ਇਹਨਾਂ ਦੇ ਮੁਕੱਦਮੇ ਪਹਿਲਾਂ ਵੀ ਹੈਗੇ ਆ ਜੀ ਬਥੇਰੇ ਸਰ। 2015 ਵਿੱਚ ਸਰ 2012 ਵਿੱਚ ਨਾ ਇਹਦੇ ਰਮਨ ਕੁਮਾਰ ਦੇ ਭਰਾ ਅਤੇ ਪਵਨ ਕੁਮਾਰ 'ਤੇ NDPS ਦਾ ਪਰਚਾ ਸੀਗਾ ਜੀ, ਜਿਹਦੇ ਵਿੱਚ ਇਹਨੂੰ 10 ਸਾਲ ਦੀ ਸਜ਼ਾ ਹੁੰਦੀ ਆ ਜੀ। 2015 ਵਿੱਚ ਇਹਨੂੰ ਸਜ਼ਾ ਹੁੰਦੀ ਆ ਸਰ, ਇੱਕੋ ਘਰ 'ਚ ਹੀ ਰਹਿੰਦੇ ਆ ਇਹ, ਅਤੇ ਸਰ ਉਸੇ ਸਾਲ ਹੀ ਰਮਨ ਕੁਮਾਰ ਨੂੰ ਵੈਪਨ ਇਸ਼ੂ ਕੀਤਾ ਜਾਂਦਾ ਜੀ, ਪਵਨ ਨੂੰ ਸਜ਼ਾ ਹੁੰਦੀ ਆ ਉਸੇ ਸਾਲ ਹੀ। ਉਸ ਤੋਂ ਬਾਅਦ ਤਾਂ ਉਹਨੂੰ ਸਰ ਰਮਨ ਕੁਮਾਰ, ਰਮਨ ਦਾ ਭਰਾ, ਹਾਂਜੀ ਉਹਦਾ ਛੋਟਾ ਭਰਾ ਜੀ। ਮੇਰਾ ਨਾਮ ਉਮੇਸ਼ ਕੁਮਾਰ ਹੈ ਜੀ। ਹਾਂਜੀ ਹਾਂਜੀ, ਮੈਂ ਵੀ ਨਾਲ ਸੀ ਜੀ, ਮੇਰਾ 4 ਸਾਲ ਦਾ ਬੇਟਾ ਵੀ ਨਾਲ ਸੀ। ਅਸੀਂ ਉੱਥੇ ਆਈਸਕ੍ਰੀਮ ਖਾਣ ਗਏ ਸੀ ਜੀ ਬੱਚੇ ਦੇ ਨਾਲ, ਅਤੇ ਉਹ ਰਮਨ ਕੁਮਾਰ ਦੇ ਬੰਦੇ 15-20 ਜਣੇ 15 ਕੁ ਜਣੇ ਆਏ ਹੋਣੇ, ਅਤੇ ਉਹਨਾਂ ਨੇ ਕਾਫੀ ਹਮਲਾ ਕੀਤਾ ਮੇਰੇ ਨਾਲ, ਮੇਰਾ ਦੋਸਤ ਅਮਨਦੀਪ ਸੀ, ਇਹਦੇ ਕਾਫੀ ਕਿਰਪਾਨਾਂ ਮਾਰੀਆਂ ਉਹਨਾਂ ਨੇ, ਫਾਇਰ ਕੀਤੇ, ਅਤੇ ਉਹਦੇ ਵਿੱਚ ਇਹਦੇ ਗੁੱਟ 'ਤੇ ਕਾਫੀ ਸੱਟ ਲੱਗੀ। ਹਾਂਜੀ, ਸ਼ਿਕਾਇਤ ਜੀ ਪਰਚਾ 'ਤੇ ਦਰਜ ਹੋਇਆ ਵਾ, ਪਰ ਅਰੈਸਟ ਨਹੀਂ ਹੋਏ ਜੀ, 3 ਮਹੀਨੇ ਹੋ ਚੱਲੇ ਆ, ਉਹ ਤਾਂ ਉੱਦਾਂ ਹੀ ਘੁੰਮਦੇ ਪਏ ਜੀ, ਕੋਈ ਉਹਨਾਂ ਨੂੰ ਡਰ ਨਹੀਂ, ਖੌਫ ਨਹੀਂ, ਉਹ ਤਾਂ ਸਗੋਂ ਉਲਟੀਆਂ ਸਾਨੂੰ ਧਮਕੀਆਂ ਭਿਜਵਾਉਂਦੇ ਪਏ ਆ ਕਿ ਤੁਸੀਂ ਕੇਸ ਵਾਪਸ ਲੈ ਲਓ, ਨਹੀਂ ਤਾਂ ਅਸੀਂ ਤੁਹਾਡੇ 'ਤੇ ਕੇਸ ਕੋਈ ਹੋਰ ਪਵਾ ਦਾਂਗੇ, ਅਤੇ ਨਹੀਂ ਤਾਂ ਕੇਸ ਹੋ ਕੇ ਹੋਰ ਪਵਾ ਦਾਂਗੇ, ਅਤੇ ਜਾਂ ਤੁਹਾਡੇ ਡਰੱਗਸ ਦਾ ਕੇਸ ਪਵਾ ਦਾਂਗੇ, ਜਾਂ ਤੁਹਾਡੇ ਘਰਦਿਆਂ ਦਾ ਕੇਸ ਪਵਾ ਦਾਂਗੇ, ਤੁਸੀਂ ਕੇਸ ਵਾਪਸ ਲੈ ਲਓ ਆਪਣਾ। ਅਤੇ ਅਸੀਂ ਸਰ ਹੁਣ ਕੀ ਕਰ ਸਕਦੇ, ਅਸੀਂ ਤਾਂ 3 ਮਹੀਨੇ ਹੋ ਕੇ ਘਰ ਬੈਠੇ ਹੋਏ ਹਾਂ, ਡਰ ਦੇ ਮਾਰੇ ਕਿ ਸਾਨੂੰ ਇਹ ਕੋਈ ਸੱਟ ਪੇਟ ਨਾ ਲੱਗ ਜਾਵੇ। ਮੈਂ ਤਾਂ ਆਪਣੇ ਮੁੰਡੇ ਨੂੰ ਵੀ, ਬੱਚੇ ਆਪਣੇ ਨੂੰ ਵੀ ਟਿਊਸ਼ਨ ਗੁਆਂਢੀਆਂ ਨੂੰ ਭੇਜਦਾ ਕਿ ਤੁਸੀਂ ਛੱਡਿਆ, ਮੈਂ ਆਪ ਨਹੀਂ ਜਾਂਦਾ ਜੀ ਉਹਨਾਂ ਨੂੰ ਛੱਡਣ, ਸਾਨੂੰ ਪਤਾ ਵਾ ਕਿ ਇਹਨਾਂ ਦੀ ਪੈਸੇ ਵਾਲੇ ਰਸੂਲ ਆ ਬੰਦੇ ਆ ਜੀ, ਕੋਈ ਇਹਨਾਂ ਦੇ ਸਾਰੇ ਪਾਸੇ ਚੱਲਦੀ ਆ, ਕਿਤੇ ਫਿਰ ਨਾ ਸਾਡੇ ਕੋਈ ਨੁਕਸਾਨ ਪਹੁੰਚਾਉਣ ਸਾਨੂੰ। ਉਮੇਸ਼ ਜੀ, ਤੁਸੀਂ ਇਹਦੇ ਬਾਰੇ ਹੋਰ ਕਿਸੇ ਨੂੰ ਸ਼ਿਕਾਇਤ ਦਰਜ ਕਰਾਈ ਹੈ ਕਿ ਹੋਰ ਤੁਸੀਂ ਮਿਲ ਕੇ ਆਏ, ਕਿ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਦੇ ਪਿੱਛੇ, ਜਿਵੇਂ ਤੁਸੀਂ ਦੱਸਿਆ ਕਿ ਰਮਨ ਕੁਮਾਰ ਸ਼ਰਾਬ ਦਾ ਠੇਕੇਦਾਰ ਹੈਗਾ, ਕਿ ਓਬਵੀਅਸ ਗੱਲ ਹੈ ਕਿ ਵੱਡੇ ਰਸੂਖ ਹੋਣਾ, ਕੋਈ ਪੋਲੀਟੀਕਲ ਬੈਕਗਰਾਊਂਡ ਵੀ ਇਹਨਾਂ ਦੀ ਹੈਗੀ, ਕੋਈ ਰਸੂਖ ਤੁਹਾਨੂੰ ਲੱਗਦਾ ਹੈ ਕਿ ਇਨਫਲੂਐਂਸ ਹੈਗਾ ਪੋਲੀਟੀਕਲ ਹੋਏਗਾ ਜੀ, ਪਰ ਹੁਣ ਅਸੀਂ ਕਿਹਦਾ ਨਾਂ ਲੈ ਸਕਦੇ ਹਾਂ? ਪੈਸੇਦਾਰ ਬੰਦਾ ਜੀ ਜਦੋਂ ਅਕਾਲੀ ਪਾਰਟੀ ਆਉਂਦੀ ਉੱਧਰ ਚਲ ਜਾਂਦੇ ਆ, ਕਾਂਗਰਸ ਆਉਂਦੀ ਉੱਧਰ ਚਲ ਜਾਂਦੇ ਆ, ਇਹਨਾਂ ਦਾ ਕੀ ਕਹਿ ਸਕਦੇ ਹਾਂ ਜੀ? ਸਾਨੂੰ ਤਾਂ ਇਹ ਪਤਾ ਵਾ ਕਿ ਪੈਸੇ ਵਾਲੇ ਆ,
ਸਾਡਾ ਨੁਕਸਾਨ ਹੋਣਾ ਜੀ, ਸਾਨੂੰ ਇਹ ਪਤਾ ਜੀ, ਪਰ ਸਾਨੂੰ ਪ੍ਰਸ਼ਾਸਨ ਕੋਲ ਇਹੀ ਮੰਗ ਆ ਕਿ ਸਾਨੂੰ ਇਨਸਾਫ਼ ਚਾਹੀਦਾ ਵਾ, ਕਿ ਸਾਨੂੰ ਬਹੁਤ ਜ਼ਿਆਦਾ ਇਸ ਟਾਈਮ ਖਤਰਾ ਵਾ ਸਾਡੇ ਪਰਿਵਾਰ ਨੂੰ ਵੀ, ਕਿ ਅਸੀਂ ਬਾਹਰ ਨਿਕਲੀਏ ਅਤੇ ਕਿੱਦਾਂ ਨਿਕਲੀਏ ਕਿ ਸਾਡੇ 'ਤੇ ਫਿਰ ਨਾ ਅਟੈਕ ਕਰ ਦੇਣ ਸਾਡੇ 'ਤੇ। ਅੱਛਾ ਅਮਨ, ਇਹ ਸਾਰੀ ਜਿਹੜੀ ਇਹ ਘਟਨਾ ਸਿਰਫ ਸੈਲਰੀ ਮੰਗਣ ਦੇ ਪਿੱਛੇ ਹੋਈ ਹੈ ਕਿ ਇਹਦੇ ਪਿੱਛੇ ਹੋਰ ਵੀ ਕੋਈ ਕਾਰਨ? ਨਹੀਂ ਸਰ, ਹੋਰ ਕੋਈ ਕਾਰਨ ਨਹੀਂ ਹੈਗਾ, ਇਹ ਸੈਲਰੀ ਤੋਂ ਹੀ ਹੋਈ ਹੈ ਜੀ। ਸਰ, ਇੱਕ ਬ੍ਰਦਰ ਇਹਦੇ ਦਾ ਫੋਨ ਆਇਆ ਸੀ ਸਾਨੂੰ, ਬ੍ਰਦਰ ਇਹਦੇ ਦਾ ਫੋਨ ਆਇਆ ਸੀ ਪਵਨ ਕੁਮਾਰ ਦਾ, ਰਮਨ ਕੁਮਾਰ ਦਾ, ਅਤੇ ਉਹ ਰਿਕੋਰਡਿੰਗ ਵੀ ਮੇਰੇ ਕੋਲ ਹੈਗੀ ਆ, ਅਤੇ ਉਹਦੇ ਵਿੱਚ ਇਹ ਕਹਿ ਰਿਹਾ ਵਾ ਕਿ ਤੁਸੀਂ ਚੰਗਾ ਨਹੀਂ ਕੀਤਾ ਸਾਡੇ 'ਤੇ ਪਰਚਾ ਕਰਾ ਕੇ, ਅਤੇ ਮੈਂ ਕਿਹਾ ਤੁਸੀਂ ਜੇ ਸੱਟਾਂ ਮਾਰੀਆਂ ਵਾ ਤਾਂ ਪਰਚਾ ਹੋਣਾ ਹੀ ਆ, ਤੁਸੀਂ ਉਹਦਾ ਦੇਖੋ ਕੀ, ਅਸੀਂ ਤਾਂ ਚਲੋ ਰੱਬ ਦਾ ਸ਼ੁਕਰ ਆ ਅਸੀਂ ਉੱਥੋਂ ਬਚ ਕੇ ਵਾਪਸ ਆ ਗਏ ਹਾਂ, ਅਤੇ ਕਹਿੰਦਾ ਜੇ ਤੁਸੀਂ ਸਾਡੇ 'ਤੇ ਪਰਚਾ ਕਰਾਇਆ ਨਾ ਤਾਂ ਅਸੀਂ ਵੀ ਤੁਹਾਡੇ 'ਤੇ ਨਜਾਇਜ਼ ਪਰਚੇ ਕਰਾਉਣੇ ਆ। ਉਹਦੀ ਰਿਕੋਰਡਿੰਗ ਵੀ ਹੈਗੀ ਜੀ ਮੇਰੇ ਤੋਂ, ਕਹਿੰਦਾ ਤੇਰੇ ਭਰਾ ਅਤੇ ਤੇਰੇ ਭਤੀਜੇ 'ਤੇ ਅਸੀਂ ਨਜਾਇਜ਼ ਪਰਚੇ ਦਰਜ ਕਰਾਉਣੇ ਆ, ਅਤੇ ਹੁਣ ਅੱਗੇ ਦੇਖੀ ਕੀ ਬਣਦਾ ਵਾ। ਇਹ ਰਿਕੋਰਡਿੰਗ ਵੀ ਮੇਰੇ ਤੋਂ ਹੈਗੀ ਹੈ ਜੀ ਸਾਰੀ। ਹਾਂਜੀ, ਸੋ ਤੁਸੀਂ ਸੁਣਿਆ ਇਹ ਜਿਹੜੇ ਪੀੜਿਤ ਅੱਜ ਚੰਡੀਗੜ੍ਹ ਗੁਹਾਰ ਲੈ ਕੇ ਆਏ ਨੇ ਕਿ ਇਹਨਾਂ ਨੂੰ ਇਨਸਾਫ਼ ਮਿਲੇ, ਕਿਉਂਕਿ ਕਪੂਰਥਲਾ ਪੁਲਿਸ ਨੇ ਹਾਲਾਂਕਿ ਮਾਮਲਾ ਜ਼ਰੂਰ ਦਰਜ ਕਰ ਲਿਆ ਸੀਗਾ 27 ਜਨਵਰੀ ਜਦੋਂ ਇਹਨਾਂ 'ਤੇ ਹਮਲਾ ਹੋਇਆ, ਉਸ ਤੋਂ ਬਾਅਦ ਜਦੋਂ ਇਹਨਾਂ ਵੱਲੋਂ ਸ਼ਿਕਾਇਤ ਦਿੱਤੀ ਗਈ, ਲੇਕਿਨ 2-3 ਮਹੀਨੇ ਬੀਤਣ ਤੋਂ ਬਾਅਦ ਵੀ ਹਾਲੇ ਤੱਕ ਕਿਸੇ ਦੀ ਵੀ ਜਿਹੜੀ ਗ੍ਰਿਫਤਾਰੀ ਨਹੀਂ ਹੋਈ ਹੈ। ਇਹਨਾਂ ਦਾ ਕਹਿਣਾ ਹੈ ਕਿ ਉਹ ਸ਼ਰੇਆਮ ਘੁੰਮਦੇ ਫਿਰਦੇ, ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ, ਲੇਕਿਨ ਸਾਡੇ ਪਰਿਵਾਰਾਂ ਨੂੰ ਹੀ ਜਾਣ ਦਾ ਖਤਰਾ, ਸਾਨੂੰ ਹੀ ਜਿਹੜੀ ਵਾਰ ਵਾਰ ਧਮਕੀਆਂ ਦਿੱਤੀਆਂ ਜਾ ਰਹੀਆਂ, ਅਤੇ ਸਾਡੇ ਉੱਤੇ ਝੂਠੇ ਪਰਚੇ ਦਰਜ ਕਰਾਉਣ ਦੀ ਜਿਹੜੀ ਧਮਕੀ ਦਿੱਤੀ ਜਾ ਰਹੀ, ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ, ਇਸ ਨੂੰ ਲੈ ਕੇ ਲਗਾਤਾਰ ਇਹ ਸਵਾਲ ਵੀ ਚੱਕ ਰਹੇ, ਅਤੇ DGP ਨੂੰ ਵੀ ਇਹ ਗੁਹਾਰ ਲਾ ਰਹੇ ਕਿ ਸਾਨੂੰ ਇਨਸਾਫ਼ ਮਿਲੇ ਅਤੇ ਦੋਸ਼ੀਆਂ ਦੇ ਖਿਲਾਫ਼ ਜਲਦ ਤੋਂ ਜਲਦ ਜਿਹੜੀ ਕਾਰਵਾਈ ਉਹ ਕੀਤੀ ਜਾਏ। ਚੰਡੀਗੜ੍ਹ ਤੋਂ ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ TV। ਆਲ ਵਰਲਡ ਓਪਨ ਚੈਲੰਜ 17-time ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ 'ਚ ਅਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84-374-94-647, 84-374-94-648। ਪੰਡਿਤ ਰਾਧੇ ਸ਼ਰਮਾ, ਚਮਤਕਾਰ ਹੁੰਦੇ ਵੇਖੋ ਆਪਣੀਆਂ ਅੱਖਾਂ ਦੇ ਸਾਹਮਣੇ, 24 ਘੰਟੇ ਵਿੱਚ ਪਾਓ ਹਰ ਪਰੇਸ਼ਾਨੀ ਦਾ ਹੱਲ। ਮੁਸਲਮਾਨੀ, ਰੂਹਾਨੀ ਅਤੇ ਕਾਲੇ ਇਲਮ ਦੇ ਬਾਦਸ਼ਾਹ, ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ। ਮੋੜੀ ਵਸ਼ੀਕਰਨ ਕਰਵਾਓ, ਮਨਚਾਹ ਪਿਆਰ ਪਾਓ, ਲਵ ਮੈਰਿਜ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਜ਼ਮੀਨੀ ਝਗੜਾ, ਨੌਕਰੀ ਕਾਰੋਬਾਰ 'ਚ ਰੁਕਾਵਟ, ਵਿਦੇਸ਼ ਯਾਤਰਾ, ਲੋਟਰੀ ਤੋਂ ਤੁਹਾਨੂੰ ਮਿਲੇਗਾ ਜਾਂ ਨਹੀਂ, ਸੱਚਾਈ ਜਾਣੋ। ਲੋਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋਮੈਕਸ, ਤੁਹਾਡੀ ਹਰ ਗੱਲ 100% ਗੁਪਤ ਰੱਖੀ ਜਾਵੇਗੀ। ਪਿਆਰ ਵਿੱਚ ਧੋਖਾ ਖਾਏ ਪ੍ਰੇਮੀ ਪ੍ਰੇਮਿਕਾ, ਇੱਕ ਵਾਰ ਜ਼ਰੂਰ ਮਿਲੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਮੋਬਾਈਲ 98-768-0 48-88-86-517।